ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਨੂੰ 8 ਘੰਟੇ ਖੇਤੀ ਸੈਕਟਰ ਲਈ ਬਿਜਲੀ ਦੇਣ ਦੇ ਦਾਅਵੇ ਠੋਕ ਰਹੀ ਹੈ, ਉੱਧਰ ਜਿੱਥੇ ਪੰਜਾਬ ਅੰਦਰ ਝੋਨੇ ਦੀ ਲੁਆਈ ਖਤਮ ਹੋਣ ਕਿਨਾਰੇ ਹੈ, ਉੱਥੇ ਪੁਰਾਣਾ ਮੋਗਾ ਅਤੇ ਬੁੱਕਣਵਾਲੇ ਦੇ ਲੋਕ ਬਿਜਲੀ ਲਈ ਪਾਵਰਕਾਮ ਦੇ ਗ੍ਰਿੱਡ ਸਿੰਘਾਵਾਲੇ ਦੇ ਅਧਿਕਾਰੀਆਂ ਦੇ ਹਾੜੇ ਕਰ ਰਹੇ ਨੇ। ਬਿਜਲੀ ਦੀ ਸਪਲਾਈ ਨਿਰਵਿਘਨ ਲੈਣ ਲਈ ਸਿੰਘਾਵਾਲੇ ਦਾ ਗ੍ਰਿੱਡ ਘੇਰੀ ਖੜ੍ਹੇ ਨਜ਼ਰ ਆ ਰਹੇ ਨੇ। ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਦਾ ਦੋਸ਼ ਸੀ ਕਿ ਫਰਡ ਦੇ ਨਾਮ 'ਤੇ ਕੋਠੇ ਨੰਬਰ 1 ਦੀ ਬਿਜਲੀ 1 ਘੰਟਾ ਛੱਡ ਕੇ ਕੱਟ ਲਈ ਜਾਂਦੀ ਹੈ ਅਤੇ ਅਜੇ ਤੱਕ ਸਾਡੇ ਖੇਤਾਂ ਵਿੱਚ ਝੋਨਾ ਲੱਗਣਾ ਬਾਕੀ ਹੈ ਅਤੇ ਜੋ ਲੱਗਾ ਹੈ ਉਸਦਾ ਹਾਲ ਪੱਤਰਕਾਰਾਂ ਨੂੰ ਦਿਖਾਇਆ ਜਿਸ ਵਿੱਚ ਰੇਤ ਉੱਡ ਰਹੀ ਸੀ। ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਅਤੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪੇਟ ਛੱਡ ਕੇ ਕਿਸਾਨਾਂ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ। ਬਾਈ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਜਗਰੂਪ ਸਿੰਘ ਹੈ ਜੀ। ਅੱਜ ਬਾਈ ਜੀ ਧਰਨਾ ਲਾਇਆ ਤੁਸੀਂ ਬਿਜਲੀ ਬੋਰਡ ਦੇ ਮੂਹਰੇ ਸਿੰਘ ਵਾਲੇ, ਕੀ ਕਾਰਨ? ਜਿਹੜਾ ਸਾਡਾ ਫਿਲਟਰ ਕੋਠਾ ਨੰਬਰ 1 ਆ ਮੋਗੇ ਤੋਂ, ਅਤੇ ਸਾਡੇ ਫਿਲਟਰ ਨੂੰ ਲਾਈਟ ਪੂਰੀ ਨਹੀਂ ਦਿੰਦੇ। ਜਿਹੜਾ ਇਹਨਾਂ ਨੂੰ ਪੈਸੇ ਦਿਖਾਉਂਦਾ ਸ਼ਰਾਬ ਦੇ ਜਾਂਦਾ, ਉਹਨਾਂ ਨੂੰ ਇਹ ਲਾਈਟ ਪੂਰੀ ਦੇ ਰਹੇ ਆ। ਸਾਨੂੰ ਲਾਈਟ 8 ਘੰਟਿਆਂ 'ਚ ਸਾਨੂੰ 2 ਘੰਟੇ, ਕਿਤੇ ਘੰਟਾ, ਕਿਤੇ ਕਹਿੰਦੇ ਫਲਟ ਪੈ ਗਿਆ। ਅਸੀਂ ਜਦੋਂ ਅੰਦਰ ਵੜਦੇ ਹਾਂ ਸਾਨੂੰ ਅੰਦਰ ਹੀ ਵੜ ਦਿੰਦੇ, ਇਹ ਕਹਿਣਗੇ ਕਿਸੇ ਨਾਲ ਗੱਲ ਕਰੋ। ਜੀ ਜਿਹੜਾ ਇੱਥੋਂ ਨਾਲ ਲਾਈਟ ਨਾ ਆਉਣ ਤੋਂ ਬਿਨਾਂ ਝੋਨੇ ਦਾ ਕੋਈ ਨੁਕਸਾਨ ਹੋ ਰਿਹਾ? ਬਹੁਤ ਜ਼ਿਆਦਾ ਹੋ ਰਿਹਾ ਨੁਕਸਾਨ, ਝੋਨੇ ਜਿਹੜਾ ਝੋਨਾ ਲੱਗ ਪੜ ਰਹੀ ਆ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਗੁਰਮੀਤ ਸਿੰਘ ਆ ਜੀ। ਗੁਰਮੀਤ ਸਿੰਘ ਜੀ, ਅੱਜ ਤੁਸੀਂ ਜਿਹੜਾ ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਧਰਨਾ ਲਾਇਆ ਗ੍ਰਿੱਡ ਦੇ ਮੂਹਰੇ, ਅਤੇ ਕੀ ਕਾਰਨ ਜਿਹੜਾ ਤੁਹਾਨੂੰ ਧਰਨਾ ਲਾਉਣਾ ਪਿਆ? ਇਹ ਸਾਡੇ ਜੀ ਕੋਠਾ ਫੀਡਰ 1 'ਚ ਲਾਈਟ ਨਹੀਂ ਦੇ ਰਹੇ ਜੀ। ਕਾਗਜ਼ੀ ਪ੍ਰਕਿਰਿਆ 'ਚ ਇਹਨਾਂ ਨੇ ਲਾਈਟ ਛੱਡ ਰਹੇ ਆ ਪਿੱਛੋਂ, ਪਰ ਸਾਡੇ ਕੋਠਾ ਫੀਡਰ 1 'ਤੇ ਲਾਈਟ ਨਹੀਂ ਪਹੁੰਚ ਰਹੀ। ਦੂਜੇ ਫੀਡਰ ਚੱਲ ਰਹੇ ਆ, ਸਾਡੇ ਫੀਡਰ 'ਤੇ ਕਹਿ ਦਿੰਦੇ ਜੀ ਫਲਟ ਪੈ ਗਿਆ, ਇਹ ਘੰਟਾ 2 ਘੰਟੇ ਲਾਈਟ ਛੱਡ ਕੇ ਬਾਅਦ 'ਚ ਕੱਟ ਕਰ ਦਿੰਦੇ ਆ। ਦੂਜੇ ਆਸੇ ਪਾਸੇ ਵਾਲੇ ਫੀਡਰ ਚੱਲ ਰਹੇ ਆ, ਸਾਡੇ ਫੀਡਰ ਦੀ ਫਲਟ ਦੀ ਪ੍ਰੋਬਲਮ ਕਹਿ ਕੇ ਸਾਡੇ ਫੀਡਰ ਦੀ ਲਾਈਟ ਕੱਟ ਦਿੰਦੇ। ਕੀ ਨੁਕਸਾਨ ਹੋ ਰਿਹਾ ਜਿਹੜਾ ਤੁਹਾਡਾ ਜੀ? ਸਾਡਾ ਜੀ ਜਦੋਂ ਝੋਨਾ ਲੱਗ ਹੀ ਨਹੀਂ ਰਿਹਾ ਸਾਡੇ ਤੋਂ, ਅਤੇ ਗਾਂਹ ਅੱਗੇ ਮੁੰਜਰਾਂ ਤਾਂ ਕਾਹਦੇ ਨਾਲ ਲੱਗਣੀਆਂ ਜੇ ਸਟਾਰਟ ਹੀ ਨਹੀਂ ਹੋਇਆ ਹਜੇ ਤੱਕ। ਪਹਿਲਾਂ ਹੀ 20 ਦਿਨ ਲੇਟ ਹੋ ਗਿਆ ਜੀ, ਅੱਗੇ ਕਿੱਥੇ ਲੇਟ, ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਜੀ। ਜਿਵੇਂ ਸਰਕਾਰ ਨੇ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਕਿਸਾਨਾਂ ਨਾਲ, ਕੀ ਤੁਹਾਨੂੰ 8 ਘੰਟੇ ਪੂਰੀ ਆ ਨਹੀਂ ਰਹੀ? ਬਿਲਕੁਲ ਨਹੀਂ ਜੀ, 2 ਘੰਟੇ 3 ਘੰਟੇ ਛੱਡ ਕੇ ਲਾਈਟ ਬਾਅਦ 'ਚ ਕੱਟ ਕਰ ਦਿੰਦੇ ਜੀ, ਬਾਅਦ ਸਾਨੂੰ ਕਹਿੰਦੇ ਫਲਟ ਪੈ ਗਿਆ। ਸਾਨੂੰ ਫਲਟ ਦੇ ਜਿਹੜੇ 8 ਘੰਟੇ ਆ ਉਹ ਦਿੱਤੇ ਜਾਣ ਦੁਆਰਾ, ਜੇ ਫਲਟ ਪਿਆ ਤਾਂ ਉਹ ਸਾਨੂੰ ਪ੍ਰੋਪਰ ਫਲਟ ਵਾਲੀ ਲਾਈਟ ਦਾ ਕੰਮ ਅੱਗੇ ਦੇਣੀ ਦਾ ਕੀ ਆ, ਸਾਨੂੰ ਪੂਰੀ 8 ਘੰਟੇ ਵੀ ਨਹੀਂ ਮਿਲ ਰਹੀ। ਕੀ ਮੰਗ ਕਰਦੇ ਸਰਕਾਰ? ਸਾਨੂੰ ਤਾਂ ਸਰਕਾਰ ਤੋਂ ਸਾਡੀ ਇਹੀ ਮੰਗ ਆ ਜੀ, ਸਾਨੂੰ 8 ਘੰਟੇ ਸਪਲਾਈ ਪੂਰੀ ਦਿੱਤੀ ਜਾਵੇ। ਜਦੋਂ ਇਸ ਸੰਬੰਧੀ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕੈਮਰੇ ਤੋਂ ਦੂਰੀ ਬਣਾ ਕੇ ਕਿਹਾ ਕਿ ਜਲਦੀ ਬਿਜਲੀ ਨਿਰਵਿਘਨ ਦਿੱਤੀ ਜਾਵੇਗੀ ਅਤੇ ਸ਼ਰਾਬ ਮੰਗਣ ਦੇ ਦੋਸ਼ਾਂ ਨੂੰ ਉਹਨਾਂ ਨੇ ਨਕਾਰ ਦਿੱਤਾ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।